ਖਲੋ ਤੈਨੂੰ ਕਹੇ ਫਲਾਣੇ ਦੇ ਆਂਨੇ ਹੋਵੇ ਕੰਜਰ ਨਹੀਂ ਇਹ ਬੱਲੇ ਬੱਜਾਂ ਮਸੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 ਅਸਲਾਮੁਅਲੈਕੁਮ ਨਾਜ਼ਰੀਨ ਮੈਂ ਤੁਹਾਡਾ ਸ਼ਕੀਲ ਚੰਦ ਤੇ ਤੁਸੀਂ ਵੇਖ ਰਹੇ ਹੋ ਸ਼ਕੀਲ ਚੰਦ ਅਫੀਸ਼ਲ ਹਰ ਵਕਤ ਹਰ ਜਗ੍ਹਾ ਤਾਂ ਨਵੇਂ ਤੋਂਵੇਂ ਫਨਕਾਰ ਨਾ ਮਿਲਾਨਾ ਵਾ ਔਰ ਪਿਆਰੇ ਪਿਆਰੇ ਚਿਹਰੇ ਵਹਾਨਾ ਵਾ ਅੱਜ ਮੇਰੇ ਨਾਲ ਜਿਹੜਾ ਚਿਹਰਾ ਹੈ ਉਹ ਕਿਸੇ ਮਤਾਜ ਨਹੀਂ ਕਿਸੇ ਤਾਰਫ਼ ਦਾ ਕਿਸੇ ਗੱਲ ਦਾ ਕਿਸੇ ਬਾਤ ਦਾ ਜਦੋਂ ਉਹਦਾ ਮੂੰਹ ਮੇਰੇ ਸਕਰੀਨ ਤੇ ਆਏਗਾ ਤੇ ਤੁਹਾਨੂੰ ਬਹੁਤ ਅਛਾ ਲੱਗੇਗਾ ਆਓ ਨਾ ਕੋ ਚੱਲਨੇ ਆ ਜੀ ਨਾਜ਼ਰੀਨ ਮੇਰੀ ਮੁਰਾਦ ਸੀ ওয়াজিদ খান ਸਾਹਿਬ ਵਾਜਦ ਖਾਨ ਸਾਹਿਬ ਇਸ ਪਾਕਿਸਤਾਨ ਦਾ ਇਸ ਟਾਈਮ ਹੌਟਕੇਕ ਬਣੇ ਹੋਏ ਨੇ ਜਿਹੜੇ ਟੀਵੀ ਤੇ ਜਾਂਦੇ ਨੇ ਉੱਥੇ ਚਾਰ ਚੰਨ ਲੱਗ ਜਾਂਦੇ ਨੇ ਜਿਹੜੇ ਠੇਠ ਡਰਾਮੇ ਦੇ ਵਿੱਚ ਜਾਂਦੇ ਨੇ ਉੱਥੇ ਚਾਰ ਚੰਨ ਲੱਗ ਜਾਂਦੇ ਨੇ ਆਪਣੇ YouTube ਚੈਨਲ ਤੇ ਛਾਏ ਹੋਏ ਨੇ ਮਿੱਠੂ ਦਾ ਪ੍ਰੋਗਰਾਮ ਕਰਕੇ ਉੱਥੇ ਚਾਰ ਚੰਨ ਲੱਗ ਜਾਂਦੇ ਨੇ ਮੈਂ ਚਾਹ ਰਿਹਾ ਕਿ ਮੇਰੇ ਚੈਨਲ ਨੂੰ ਵੀ ਤੁਹਾਡੇ ਥਰੂ ਤੇ ਵਾਜਦ ਸਾਹਿਬ ਦੇ ਥਰੂ ਚਾਰ ਚੰਨ ਲੱਗਣ ਅਸਲਾਮੁਅਲੈਕੁਮ ਵਾਜਦ ਸਾਹਿਬ ਵਾਲੇਕੁਮ ਅਸਲਾਮ ਜੀ ਚੰਦ ਸਾਹਿਬ ਮਾਸ਼ਾਅੱਲਾ ਕੀ ਹਾਲ ਹੈ ਜੀ ਵਾਜਦ ਸਾਹਿਬ ਇਹ ਬੜੀ ਖੁਸ਼ੀ ਹੈ ਕਿ ਮੇਰਾ ਭਰਾ YouTube ਤੇ ਛਾਇਆ ਹੈ ਮਾਸ਼ਾ ਵੈਲ ਡਨ ਹੋਰ ਸੁਣਾਓ ਜਨਾਬ ਮਾਸ਼ਾਅੱਲਾ ਜੀ ਅੱਲਾ ਦੀ ਰਹਿਮਤ ਤੁਸੀਂ ਸੁਣਾਓ ਅੱਜ ਤੁਹਾਡੇ ਕੋਲ ਸੀ ਬੜੀ ਰਿਕੁਐਸਟ ਨਾ ਟਾਈਮ ਲਿਆ ਤੁਸੀਂ ਸਮ ਟਾਈਮ ਦਿੱਤਾ ਸਾਨੂੰ ਬੜਾ ਅੱਛਾ ਲੱਗਾ ਵਾਜੇ ਸਾਹਿਬ ਤੁਸੀਂ ਇਸ ਟਾਈਮ ਇੱਕ ਮਸਰੂਫਤਰੀ ਆਦਮੀ ਹੋ ਔਰ ਅੱਲਾ ਨੇ ਤੁਹਾਨੂੰ ਬਿਜ਼ੀ ਕੀਤਾ ਹੈ ਸ਼ੁਕਰ ਅਲ ਹਮਦੁਲਿਲਾ ਤੇ ਨਾਜ਼ਰੀਨ ਐ ਵੈਸੇ ਹੀ ਐਗਜ਼ੈਜਰੇਟ ਕਰ ਰਹੇ ਨੇ ਮੇਰੇ ਵੱਡੇ ਭਰਾ ਨੇ ਇਹਨਾਂ ਵਾਸਤੇ ਮੈਂ ਹਮੇਸ਼ਾ ਹਾਜ਼ਰ ਹਾਂ ਹਰ ਵੇਲੇ ਹਰ ਦਮ 12 ਮਹੀਨੇ 24 ਘੰਟੇ ਜੇ ਜਰਾ ਸਪਟਲ ਖੁੱਲਾ ਹੁੰਦਾ ਨਾ ਐਂ ਜੀ ਮੈਂ ਤੁਹਾਡੇ ਅਸਤੇ ਹਰ ਵੇਲੇ ਖੁੱਲਾ ਅੱਲਾ ਤੁਹਾਡੀਆਂ ਖੈਰਾਂ ਕਰੇ ਅੱਲਾ ਤੁਹਾਨੂੰ ਹੋਰ ਜ਼ਿਆਦਾ ਇੱਜ਼ਤ ਦੇਵੇ ਮੇਰਾ ਮਾਨ ਵਧਾਉਂਦੇ ਹੋ ਤੇ ਮੈਂ ਆਇਆ ਸਾਂ ਅੱਜ ਕਿ ਜਿਹੜੀਆਂ ਤੁਹਾਡੀਆਂ ਚੁਲਬੁਲੀਆਂ ਗੱਲਾਂ ਨੇ ਜਿਹੜੇ ਤੁਸੀਂ ਇਸ ਟਾਈਮ ਮਜ਼ਾ ਲੈ ਰਹੇ ਹੋ ਜ਼ਿੰਦਗੀ ਆਹਾਹਾ ਵਾਹ ਜੀ ਵਾਹ ਜਿੱਡਾ ਜਿੱਡਾ ਵੱਡਾ ਮੂੰਹ ਹੈ ਓਡੀ ਵੱਡਿਆ ਇਹਦਾ ਮਤਲਬ ਤੁਹਾਨੂੰ ਖੁੱਲੀ ਹੈ ਬੇ ਬੜੀ ਪਿਆਰੀ ਲੱਗੀ ਤੁਹਾਨੂੰ ਨਹੀਂ ਮਾਸ਼ਾਅੱਲਾ ਤੁਹਾਡਾ ਸਟਾਈਲ ਬਹੁਤ ਅੱਛਾ ਹੈ ਯਾਰ ਤੁਸੀਂ ਇਸ ਟਾਈਮ ਵਾਇਰਲ ਹੋ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਦਿਲੋਂ ਕਸਮ ਖੁਦਾ ਦੀ ਸਰ ਅਸੀਂ ਤੁਹਾਡੇ ਕਹਿੰਦੇ ਫਿਰ ਲੱਗੇ ਜੇ ਵਾਜੇ ਸਾਹਿਬ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਤੁਹਾਡੀ ਇੱਕ ਆਪਣੀ ਸ਼ਨਾਖਤ ਹੈ ਤੁਹਾਡਾ ਇੱਕ ਆਪਣਾ ਨਾਂ ਹੈ YouTube ਪਤਾ ਕੀ ਜੇ ਚੰਨ ਸਾਹਿਬ ਇੱਕ ਛੋਟੀ ਜੀ ਗੱਲ ਇਹ فرض ਕਰੋ ਤੁਸੀਂ ਆਪਣਾ ਜ਼ਾਤੀ ਥੀਏਟਰ ਬਣਾ ਲਿਆ ਹਾਂ ਹਾਂ ਤੁਹਾਡੇ ਨਾਲ ਬੰਦੇ ਇਨਸ਼ਾਅੱਲਾ ਤਾਲਾ ਕੁਝ 10-5000 ਜੋੜੀ ਗਏ ਹੋਣੇ ਨੇ ਅੱਲਾ ਕੀਤਾ ਇਹ ਲੱਖਾਂ ਚ ਹੋ ਜਾਣਗੇ 5-10 ਲੱਖ ਹੋ ਜਾਏਗਾ ਜੁੜੇ ਰਹਿਣਗੇ ਲੋਕ ਇਹ ਤੁਹਾਡਾ ਜ਼ਾਤੀ ਥੀਏਟਰ ਹੈ ਤੁਹਾਡੀ ਆਪਣੀ ਆਡੀਅੰਸ ਹੈ ਤੁਹਾਡੇ ਆਪਣੇ ਚਾਣ ਵਾਲੇ ਲੋਕ ਨੇ ਤੁਸੀਂ ਕਰਾਚੀ ਚਲੇ ਜਾਓ ਤੁਹਾਡੇ ਨਾਲ ਹੀ ਨੇ ਤੁਸੀਂ ਅਮਰੀਕਾ ਚਲੇ ਜਾਓ ਤੁਹਾਡੇ ਨਾਲ ਹੀ ਨੇ ਇਹ ਉਹ ਮਸਲਾ ਨਹੀਂਗਾ ਕਿ ਅਸੀਂ ਥੀਏਟਰ ਜਾਵਾਂਗੇ ਤੇ ਪਰਫਾਰਮ ਕਰਾਂਗੇ ਜਾਂ ਕਿਸੇ ਚੈਨਲ ਤੇ ਜਾਵਾਂਗੇ ਤੇ ਪਰਫਾਰਮ ਕਰਾਂਗੇ ਇਹ 24 ਘੰਟੇ ਤੁਹਾਡੀ ਆਡੀਅנס ਤੁਹਾਡੇ ਨਾਲ ਹੈ ਜਿੱਥੇ ਮਰਜ਼ੀ ਜੈਸਾ ਅੱਛਾ ਕੰਟੈਂਟ ਦਿਓਗੇ ਵੈਸਾ ਅੱਛਾ ਫੀਡਬੈਕ ਆਏਗਾ ਅੱਛਾ ਇਸ ਤਰ੍ਹਾਂ ਬੋਲਦੇ ਬੋਲਦੇ ਨਾਜ਼ਰੀ ਨੂੰ ਮੇਰੇ ਵੇਖਣ ਵਾਲੇ ਈ ਵਿਊਜ਼ ਜਿਹੜੇ ਮੇਰੇ ਵੇਖ ਰਹੇ ਨੇ ਭਰਾਓ ਮੇਰੇ ਮੇਰੇ ਭਰਾਓ ਤੇ ਮੇਰੇ ਭਰਾਓ ਇਹ ਮੇਰੇ ਜਿਹੜਾ ਸ਼ਹਜ਼ਾਦਾ ਬੈਠਾ ਹੈ ਇਹ ਇਸ ਤਰ੍ਹਾਂ ਹੀ ਆਪਣੀ ਆਵਾਜ਼ ਚੇਂਜ ਕਰਦਾ ਹੈ ਕਿ ਮੈਂ ਵੀ ਹੈਰਾਨ ਹੋ ਜਾਂਦਾ ਹਾਂ ਕਿ ਅੱਲਾਹ ਪਾਕ ਨੇ ਇਹਨੂੰ ਇੰਨੀ ਆਵਾਜ਼ ਦਿੱਤੀ ਹੈ ਇਹ ਜਿਹੜਾ ਮੈਨੂੰ ਤਾਇਆ ਜੀ ਬਣ ਕੇ ਅਸਲਾਮ ਅਲੈਕਮ ਤਾਇਆ ਜੀ ਵਾਲੇਕਮ ਅਸਲਾਮ ਮੇਰੇ ਆ ਬੱਚਿਆ ਹੈ ਮੇਰੇ ਅਸ਼ਕੀਲ ਹਾਂਜੀ ਇਹ ਮੇਰੇ ਤੁਫੈਲ ਦੀ ਨਿਸ਼ਾਨੀ ਹੈ ਮੈਂ ਤੁਹਾਨੂੰ ਕੀ ਦੱਸਾਂ ਇਨਦੇ ਅੱਬੀ ਦਾ ਨਾਮ ਹਾਂਜੀ ਮੇਰੇ ਯਾਰ ਹੋਏ ਨੇ ਤਫੈਲ ਤੇ ਮੈਂ ਹੋਏ ਆ ਜੀ ਹੋਏ ਆ ਮੁਗਲਪੁਰੇ ਵਾਲੀ ਨਹਿਰ ਆਹੋ ਠੰਡ ਬੋਲਣੀ ਆ ਹਾਏ 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 ਸਾਰੀ ਸਾਰੀ ਦਿਹਾੜੀ ਠੰਡ ਚੜ੍ਹਨੀ ਤਾਲੂ ਨੂੰ ਹਾਏ ਜ਼ਿੰਦਗੀ ਇਕੱਠਿਆਂ ਕੱਟੀ ਅਸੀਂ ਮੈਂ ਸੜਕੇ ਜਾਵਾਂ ਤਾਇਆ ਜੀ ਤੁਸੀਂ ਤੇ ਤੁਹਾਡੇ ਨੌਕਰਿਆ ਤਾਇਆ ਜੀ ਤੁਹਾਡੇ ਪਾਣੀ ਪਰਨੇ ਦੇਖੋ ਚਾਂਸ ਸਾਹਿਬ ਇਹ ਤੁਹਾਡੀ ਮੁਹੱਬਤ ਹੈ ਮੈਨੂੰ ਇੰਨਾ ਅੱਛਾ ਲੱਗਦਾ ਤੁਸੀਂ ਜਦੋਂ ਮੈਨੂੰ ਇਹ ਮੇਰੀ ਤੇ ਇਹਨਾਂ ਦੀ ਇੱਕ ਸਮਝੋ ਕੰਟੀਨਿਉਟੀ ਚੱਲਦੀ ਰਹਿੰਦੀ ਹੈ ਜਿਵੇਂ ਉਹ ਸੱਚੀ ਮੁਹੱਬਤ ਜਿਹੜੀ ਕੈਮਰੇ ਦੇ ਸਾਹਮਣੇ ਵੀ ਤੁਹਾਨੂੰ ਨਾਜ਼ਰ ਆ ਰਹੀ ਹੈ ਸੱਚੀ ਨਜ਼ਰ ਆ ਰਹੀ ਹੈ ਔਰ ਯਕੀਨਨ ਹੈ ਸਰ ਇਹਨਾਂ ਦਾ ਦਿਲ ਕਰਦਾ ਹੈ ਫੋਨ ਕਰ ਲੈਂਦੇ ਨੇ ਜਾਂ ਮੈਂ ਕਰ ਲੈਣਾ ਇਸੇ ਹੀ ਟੈਂਪੋ 'ਚ ਉਹ ਫਿਰ ਇਹਨਾਂ ਨੂੰ ਛੇੜਦਾ ਰਹਿੰਦਾ ਉਹ ਮੁxtਲਿਫ ਜਗ੍ਹਾ ਤੇ ਐਸਾ ਹੁੰਦਾ ਹੈ ਉਹ ਨੇਚਰ ਹੈ ਆਪਣੀ ਆਪਣੀ ਕਿਦਰੇ ਫਰਕ ਕਰੋ ਗੱਡੀ ਚਲਾ ਰਿਹਾ ਨਾ ਕੋਈ ਬੰਦੇ ਨੇ ਵਾਇਲੇਸ਼ਨ ਕਰਤੀਏ ਤੇ ਮੈਂ ਗਾਲੀ ਗਲੋਚ ਤੋਂ ਬੜਾ ਇਤਨਾਬ ਕਰਨਾ ਕਿ ਨਾ ਹੀ ਯਾਰ ਕਿਸੇ ਨੂੰ ਕਹੀ ਨਹੀਂ ਲੇਕਿਨ ਕਿਸੇ ਵੇਲੇ ਕੋਈ ਬੰਦਾ ਬੜੀ ਰੋਂਗ ਕੱਟ ਮਾਰ ਦੇ ਬੜਾ ਰੋਂਗ ਇਸ਼ਾਰਾ ਤੋੜ ਦੇ ਕੋਈ ਐਸੀ ਗਲਤ हरकत ਕਰ ਦੇ ਤੇ ਉੱਥੇ ਫਿਰ ਉੱਥੇ ਵੀ ਤਾਇਆ ਹੀ ਆਂਦਾ ਕਿ ਖਲੋਤ ਤੈਨੂੰ ਕਿਸੇ ਫਲਾਣੇ ਦੇ ਅੰਨੇ ਹੋ ਗਏ ਕੰਜਰ ਨਜਰ ਦੇ ਅਸੀਂ ਫਿਰ ਉਦੋਂ ਵੀ ਯਾਨੀ ਤਾਇਆ ਜੀ ਹੀ ਸਾਥ ਦਿੰਦੇ ਸਰਾਈ ਕੀ ਬੰਦਾ ਕਿਸਰਾ ਬੋਲਦਾ ਜੀ ਕਾਲੂ ਹੈ ਸਾਡਾ ਭਰਾ ਵਲਾ ਮਲਤਾਨ ਦਾ ਹੈ ਹਟ ਬੰਦਾ ਜਿਹੜੇ ਵੇਲੇ ਮਲਤਾਨ ਤੋਂ ਆਕੂ ਮੈਂ ਦੇਖਦਾ ਨਾ ਲਾਲਾ ਹੂੰ ਮੇਂਡਾ ਦਿਲ ਕਰਦਾ ਮੈਂ ਤਰੇ ਚਾਰ ਮਹੀਨੇ ਦੀਆਂ ਟਿਕਟਾਂ ਇਕੱਠੀਆਂ ਗਿਣ ਗਿਨਾ ਹਾਂ ਹਾਂ ਹਿੰ ਗਿਨਾ ਗਿਨ ਗਿਨ ਗਿਨਾ ਗਿਨਾ ਆ ਹਾਂ ਹਾਂ ਤੇ ਸਿੰਧੀ ਕੀ ਸਰ ਬੋਲਦਾ ਵਾਜ ਸਾ ਅੱਛਾ ਤੁਹਾਡੇ ਨਾਲ ਗੱਲਾਂ ਵਿੱਚ ਵਿੱਚ ਕਰਦੇ ਰਾਂਗੇ ਨਾ ਜੀ 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 ਸਿੰਧੀ ਵੀ ਜ਼ਾਹਿਰ ਹੈ ਉਹ ਉਹਨਾਂ ਦਾ ਇੱਕ ਮਖसूस ਲੈਜਾ ਹੈ ਜੀ ਅਸਲ 'ਚ ਮੈਂ ਜਿਹੜੇ ਸਾਡੇ ਦੋਸਤ ਨੇ ਜਿਹੜੇ ਸਿੱਖਣਾ ਚਾਹੁੰਦੇ ਨੇ ਕੰਮ ਕਰਦੇ ਨੇ ਆਰਟਿਸਟ ਭਰਾ ਨੇ ਜੀ ਉਹਨਾਂ ਵਾਸਤੇ ਹੈ ਸਿੰਧੀ ਨਾ ਬੜਾ ਇੱਕ ਵਿਸਪਰਿੰਗ किरदार बेसिक विलन पोर्शन या कख्त लोगों पसंद किया जाता है लेकिन जो कॉमेडी लिया थोड़े एक्सप्रैशन बदलन गए थोड़ा ऑडियो एवं बाबा हमारे साथ आए शकील चन इनसे बातें करते हैं पूछते हैं ये कच्चे के इलाके के बड़े पक्के बंदे हैं <laughs> <laughs> कच्चे के इलाके के बड़े पक्के <laughs> ਬਸ ਜਿਹੜੇ ਸ਼ੋਅ ਜਿਹੜੇ ਮੈਨੂੰ ਕਹਿੰਦਾ ਮੈਂ ਇੰਜ ਹੀ ਬਣਿਆ ਸਿੰਧੀ ਤੋ ਅਹਿਮਦ ਬੱਟ ਸਾਹਿਬ ਨਾਲ ਸ਼ੋਅ ਮੇਰਾ ਚੱਲ ਰਿਹਾ ਹੈ ਨਾ ਇੱਕ ਨਿਊਜ਼ ਤੇ ਤੇ ਕਹਿੰਦੇ ਨੇ ਸ਼ਾਜ਼ੀਆ ਮਨਜ਼ੂਰ ਸਾਹਿਬ ਆਏ ਕਹਿੰਦੇ ਹਰ ਤੁਸੀਂ ਇੰਜ ਕਰੋ ਸਿੰਧੂ ਬਾਬਾ ਇਹਨੂੰ ਨਾ ਚਾਹਤ ਫਤਿਹ ali ਖਾਨ ਨੂੰ ਲੈ ਜਾਓ ਨਾਲ ਹੀ ਮੈਂ ਕਿਹਾ ਬੱਟ ਦੇਖੋ ਬਾਤ ਇਹ ਹੈ ਕਿ ਹਮਾਰਾ ਇਲਾਕਾ ਕੱਚਾ ਹੈ ਇਹ ਉਸ ਸੇ ਵੀ ਜ਼ਿਆਦਾ ਕੱਚਾ ਹੈ ਯਾਨੀ ਉਹ ਐਡਾ ਕੱਚਾ ਹੈ ਬਹੁਤ ਅੱਛਾ ਬੜੀ ਟਾਈਮਿੰਗ ਹੈ ਬੜੀ ਟਾਈਮਿੰਗ ਹੈ ਵਾਜੇ ਸਾਹਿਬ ਮੈਨੂੰ ਇਹ ਅੱਜ ਦੱਸੋ ਕਿ ਮਾਸ਼ਾਅੱਲਾ ਇਨੀ ਛੋਟੀ ਜੀ ਐਜ ਦੇ ਵਿੱਚ ਅੱਲਾ ਪਾਕ ਨੇ ਤੁਹਾਡੇ ਤੇ ਇਨਾ ਕਰਮ ਕਰਤਾ ਹੈ ਇਹਦਾ ਤੁਸੀਂ ਕਿੰਨਾ ਕੁ ਮਜ਼ਾ ਲੈਂਦੇ ਹੋ ਬਹੁਤ ਮਜ਼ਾ ਲੈਣਾ ਸਭ ਤੋਂ ਵੱਡੀ ਗੱਲ ਤੇ ਹੈ ਵੀ ਕਿ ਸ਼ੁਕਰ ਅਦਾ ਕਰਦਾ ਹਾਂ ਪਾਕ ਪਰਵਰਦੀگار ਦਾ ਔਰ ਹਮੇਸ਼ਾ ਹੀ ਕਰਦਾ ਸਜਦੇ ਚ ਰਹਿਣਾ ਝੁਕਿਆ ਰਹਿਣਾ ਕਿ ਮਾਲਕ ਦੀ ਹੈ ਕਰਮ ਨਵਾਜ਼ੀ ਹੈ ਕੱਲ ਤੱਕ ਪੈਦਲ ਫਿਰਦੇ ਸੀ ਅੱਜ ਅੱਲਾ ਨੇ ਗੱਡੀਆਂ ਦੇ ਦਿੱਤੀਆਂ ਕੱਲ ਤੱਕ ਨਾਨ ਫੇਮ ਸਾਂ ਅੱਜ ਅੱਲਾ ਨੇ ਫੇਮ ਦਿੱਤਾ ਮਾਸ਼ਾਅੱਲ ਕੱਲ ਤੱਕ ਕੋਈ ਜਾਣਦਾ ਨਹੀਂ ਸੀ ਅੱਜ ਸਾਰੀ ਦੁਨੀਆ ਪਿਆਰ ਕਰਦੀ ਹੈ ਤੇ ਇਹਦੇ ਚ ਜਿੰਨੇ ਵੀ ਮੇਰੇ ਫਨਕਾਰ ਭਰਾ ਨੇ ਜਾਂ ਜਿਸ ਸ਼ੋਬੇ ਨਾਲ ਵੀ ਲੋਕਾਂ ਦਾ ਤਾਲੁਕ ਹੈ ਜਦੋਂ ਅੱਲਾ ਫੇਮ ਅਰੂਜ ਨਾ ਦਿੰਦਾ ਉਹਨੇ ਮਿਟ ਜਾਓ ਉਹਨੇ ਝੁੱਕ ਜਾਓ ਖੁਦਾ ਇਹਦੇ ਚ ਫਿਰ ਜ਼ਿਆਦਾ ਤੁਹਾਡੇ ਤੇ ਰਹਿਮਤ ਫਰਮਾਉਂਦਾ ਬਹੁਤ ਅੱਛਾ ਬਹੁਤ ਅੱਛਾ ਕਿਉਂਕਿ ਅਲਕੁਰਾਨ ਦੇਖੋ ਝੁਕੇ ਹੋਏ ਨੂੰ ਹੀ ਫਲ ਲੱਗਦੇ ਨੇ ਅੱਲਾ ਕਹਿੰਦਾ ਜਿਹੜਾ ਇਨਸਾਨ जैसा चुकेगा, मैं जैसा झुकेगा यानी मैं उन्होंने वैसा बुलंद करांगा तुसी जिन्ना चुके तो जिन्ना झुके रहो खुदा उन्ना ही बुलंद करता रहेगा बहुत बड़ा मैसेज दिया आपने बहुत बड़ा अच्छा वाजद साहब मैं तो आपसे मिलता ही रहता हूँ और मुझे मेरा दिल करता है कि मैं आपसे मिलूँ तो मैं वो सब कुछ सुनूँ आपसे जो आप सुना आप खां साहब बंदे की टैंपो बहुत अच्छी बोलते हैं मैं खां साहब होके भी उतनी अच्छी नहीं बोल सकता नहीं वो ऐसी कोई बात नहीं है ये सीखने से है मेरा असल च ਬਚਪਨ ਤੋਂ ਹੀ ਜ਼ਿਆਦਾ ਤਾਲੁਕ ਗੁਜ਼ਰਿਆ ਹੈ ਬਰੀਕ ਲੋਕਾਂ ਨਾਲ ਗੁਜ਼ਰਿਆ ਉਹਨਾਂ ਨੂੰ ਜਿਨ੍ਹਾਂ ਨੂੰ ਗੁਜਰੈਸ਼ੀਆਂ ਨਾਲ ਗੁਜਰੈਸ਼ੀ ਅੱਛਾ ਤੇ ਮੇਰਾ ਜ਼ਿਆਦਾ ਖਾਨ ਸਾਹਿਬਾਨ ਨਾਲ ਵਕਤ ਗੁਜ਼ਰਿਆ ਉਹ ਹਮੇਸ਼ਾ ਹੀ ਮੈਨੂੰ ਅੱਛੇ ਲੱਗੇ ਨੇ ਬਚਪਨ ਤੋਂ ਹੀ ਜੀ ਜੀ ਉਹ ਤੋਂ ਗਾਜ਼ੀਆਬਾਦ ਮੇਰੀ ਰਹਾਇਸ਼ ਹੈ ਤੇ ਗਾਜ਼ੀਆਬਾਦ ਰੈਫਰੈਂਸ ਨਾਲ ਮੈਨੂੰ ਬਚਪਨ ਤੋਂ ਸ਼ੌਕ ਸੀ ਕਿ ਮੈਂ ਖਾਨ ਸਾਹਿਬ ਹੀ ਹੁੰਦਾ ਯੈਸ ਲੇਕਿਨ ਉਹ ਅਫਸੋਸ ਮੈਂ ਨਾ ਹੋ ਸਕਿਆ ਬਹਰ ਲੈ ਗਏ ਮੇਰਾ ਇਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਤੁਸੀਂ ਖਾਨ ਸਾਹਿਬ ਵੀ ਨਹੀਂ ਗਏ ਤੁਹਾਨੂੰ ਸਾਰੀ ਦੁਨੀਆ ਕਹਿ ਰਹੀ ਹੈ ਵਾਜਦ ਖਾਨ ਸਾਹਿਬ ਹਾਂ ਚਲੋ ਤੇ ਇੱਕ ਪਠਾਨ ਐਲੀਮੈਂਟ ਵੀ ਆ ਜਾਂਦਾ ਨਾ ਮੈਂ ਲੇਕਿਨ ਉਹ ਵਾਲਾ ਕਹਿ ਰਿਹਾ ਕਿ ਸੁਭਾਨ ਅੱਲਾ ਕੀ ਬਾਤ ਉਹ ਹੋਣਾ ਚਾਹੀਦਾ ਸੀ ਕਿਸਨਾ ਮਾਚੇ ਚਾਹ ਵੇਚੇ ਚਾਹ ਵੇਚੇ ਉਹ ਵੋ ਹਾਂ ਇੱਕ ਕੀਤਾ ਸੀ ਅਸਰਾਰ ਸਾਹਿਬ ਦਾ ਉਹ ਆਈਟਮ ਸੀ ਛੱਤਾਂ ਗਾਣੇ ਦਾ ਨਾਮ ਹੈ ਉਹ ਬਹੁਤ ਸਾਰੇ ਲੋਕ ਮਿਲਦੇ ਨੇ ਤੇ ਉਹ ਕਹਿੰਦੇ ਨੇ ਫਿਲਮ ਹੈ ਕਿਸੇ ਫਿਲਮ ਦਾ ਸੀਨ ਹੈ ਲੇਕਿਨ ਉਹ ਇੱਕ ਪ੍ਰੋਪਰ ਗਾਣਾ ਸੀ ਜਿਹਦੇ ਨਾਲ ਸਟੋਰੀ ਵੀ ਸੀ ਸਟੋਰੀ ਟੈਲਿੰਗ ਤੇ ਪਲੱਸ ਉਹਦਾ ਇੱਕ ਗਾਣਾ ਪਿਕਚਰਾਈਜ਼ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਤੇ ਅੰਦਰੂਨ ਚ ਕੀਤਾ ਸੀ ਅਸੀਂ ਪ੍ਰੋਪਰ ਲੋਕੇਸ਼ਨ ਤੇ ਉਹ ਅਸrar ਭਾਈ ਦੀ ਆਵਾਜ਼ ਹੈ ਸਲੀਮ ﺍﻟਬੈਲਾ ਸਾਹਿਬ ਤੇ ਮੈਂ ਸਾਹ ਹਾਂ ਮੈਂ ਉਹਦੇ ਚੋ ਹੀ ਕਿ ਬੈਠੇ ਮੌਤ ਬਹਿ ਮੋਖਾਸ਼ ਹੈ ਮੂਰੇਲੇ ਮੇਸ਼ਾ ਹੀ ਮੰਗਤੇ ਮੀਤਾ ਕੈ ਮਰੇ ਕੈਸਾ ਮੁੰਬੜ ਖੈ ਇਸਨੇ ਪਹਿਨਾ ਹੈ ਦੇਖਿਏ ਮੌਬਤ ਹੈ ਤੇ ਉਹਨਾਂ ਬਹੀਤ ਬਹੁਤ ਚਲਦਾ ਜੇ ਜੀ ਜੀ ਹਰ ਈਦ ਤੇ ਨਾ ਲੋਗ ਉਹਦੇ ਤੇ ਲਾ ਦਿੰਦੇ ਨੇ ਕਿ ਮੋਲ ਗਏ ਮੋਟੀ ਬੈ ਮਰਾਕ ਕਹਿ ਕੇ ਤੇ ਵਿੱਚ ਮਰੇਲੇ ਕਾ ਹਾਏ 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 ਦੇਖ ਰਹੇ ਆਪ ਨਾਜ਼ੀਨ ਇਤਨੀ ਓਰੀਜਨਲ कॉपी uh, करना इतना अच्छा काम करना ये भी किसी किसी का काम है मेरा वाजिद खान इस वक्त पाकिस्तान की जान है हर शो की पहचान है जहाँ भी जाता है अपना नाम कमाता है ऐसे ही है मेरा भाई हमेशा सलामत रहे छाया रहे और पब्लिक को हंसाता रहे आज का मेरा प्रोग्राम आपको कैसा लगा मेरे वाजिद भाई का ये आपने میرے چینل پہ جا کے لائک کر کے سبسکرائب کر کے آئیکن کا بٹن دبا کے بیل کا بٹن دبا کے مجھے بتانا ہے اور پھر میں نے آپ کی رائے پہ نیا شو کروانا ہے واجد بھائی سے جاتے جاتے میں واجد بھائی کو کہوں گا کہ ایک پیارا سا میسج دے دیں تو اس کے بعد ہم پاکستان زندہ باد کہیں میسج تے بہت سارے نے شکیل جان صاحب پہلے تے تہاڈے دیکھنے والے لوکاں نو میرے طرفوں بہت زیادہ پیار بھریا سلام دعاؤں ਉਸ ਤੋਂ ਬਾਅਦ ਸ਼ਕੀਲ ਚਾਨ ਸਾਹਿਬ ਇੱਕ ਬਿਹਤਰੀਨ ਅੱਛੇ ਕਲਾਕਾਰ ਨੇ ਜਿਨ੍ਹਾਂ ਕੋਲ ਗਾਣਾ ਵੀ ਹੈ, ਜੁਗਤ ਵੀ ਹੈ, ਕਾਮੇਡੀ ਵੀ ਹੈ, ਐਕਸਪ੍ਰੈਸ਼ਨ ਵੀ ਨੇ, ਡਾਂਸ ਵੀ ਹੈ, ਉਹ ਵਿੱਚ-ਵਿਚ ਤਨ ਵਖਾਣਗੇ ਵੀ ਤੇ ਮੈਂ ਰਿਕੁਐਸਟ ਕਰਾਂਗਾ ਮੇਰੇ ਚਾਣ ਵਾਲੇ, ਪਿਆਰ ਕਰਨ ਵਾਲੇ ਕਿ ਇਹਨਾਂ ਨਾਲ ਜੁੜੋ, ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜਿੰਨਾ ਤੁਸੀਂ ਆਪਣੇ ਪਾਕਿਸਤਾਨ ਦੇ ਟੈਲੈਂਟ ਨੂੰ ਆਪਣੇ ਲੋਕਾਂ ਨੂੰ ਕਦਰ ਕਰੋਗੇ, ਪਿਆਰ ਕਰੋਗੇ, ਉਨਾ ਹੀ ਇਹ ਲੋਕ ਵਾਇਰਲ ਹੋਣਗੇ। ਕਿਉਂਕਿ ਸਾਡੇ ਕੋਲ ਨਾ ਇੱਥੇ ਕੋਈ ਸਕੂਲ ਹੈ ਆਰਟ ਦੇ ਰਿਲੇਟਿਡ, ਨਾ ਕਾਲਜ ਹੈ, ਨਾ ਹੀ ਕੋਈ ਐਸਾ ਇਦਾਰਾ ਹੈ ਜਿੱਥੇ ਤੁਸੀਂ ਕੰਮ ਸਿੱਖ ਸਕੋ ਇੱਥੇ ਹੈਗਾ ਤੁਹਾਡੇ ਨਾਲ ਫਰਜ਼ ਕਰੋ ਜਿਹੜੀ ਚੀਜ਼ ਤੁਹਾਨੂੰ ਪਸੰਦ ਆਈਏ ਉਹਦੇ ਬਾਰੇ ਕਮੈਂਟ ਉਹਦੇ ਬਾਰੇ ਕਮੈਂਟਸ 'ਚ ਦੱਸੋ ਜਿਹੜੀ ਚੀਜ਼ ਨਹੀਂ ਪਸੰਦ ਆਈ ਕਮੈਂਟਸ 'ਚ ਲਿਖ ਕੇ ਉਹ ਵੀ ਦੱਸੋ ਤਾਂ ਕਿ ਤੁਹਾਡੀ ਖਾਹਿਸ਼ਾਂ ਦੇ ਮੁਤਾਬਿਕ ਅਸੀਂ ਅੱਛੇ ਤੋਂ ਅੱਛਾ ਕੰਟੈਂਟ ਕ੍ਰੀਏਟ ਕਰੀਏ ਇਹ ਤੇ ਹੋ ਗਿਆ ਚੰਦ ਸਾਹਿਬ ਵਾਸਤੇ ਵੈਸੇ ਦੁਨਿਆਵੀ ਮੈਸੇਜ ਇੱਕ ਹੈਵੇ ਮੇਰੇ ਵੱਲੋਂ ਮੈਂ ਬੜੀ ਕੇਅਰ ਕਰਦਾ ਤੁਸੀਂ ਵੀ ਕਰੋ ਜਿਹੜੇ ਮੇਰੇ ਭੈਣ ਭਰਾ ਨੇ ਪਾਣੀ ਮਿੱਠਾ ਪੀਣ ਵਾਲਾ ਜ਼ਮੀਨ ਔਰ ਖੁਦਾ ਸਾਨੂੰ ਦੇ ਰਹੇ ਨੇ ਤੇ ਖੁਦਾ ਦੇ ਵਾਸਤੇ ਇਸ ਪਾਣੀ ਦੀ ਕਦਰ ਕਰੋ ਇਹਨੂੰ ਘਟਾਇਆ ਕਰੋ ਫਜ਼ੂਲ ਗੱਡੀਆਂ ਨਾ ਧੋਈ ਜਾਓ ਐਵੇਂ ਬੀਬੀਆਂ ਘਰ ਭਾਂਡੇ ਤੋਰੀਆਂ ਤੇ ਤਿੰਨ ਤਿੰਨ ਘੰਟੇ ਟੂਟੀ ਖੁੱਲੀ ਨਾਲ ਬਰਤਨ ਧੋਲ ਰਹੇ ਨੇ ਇਹਨੂੰ ਪਾਣੀ ਨੂੰ ਬਚਾਓ ਅਗਰ ਅੱਜ ਅਸੀਂ ਪਾਣੀ ਬਚਾਵਾਂਗੇ ਇਨਸ਼ਾਅੱਲਾ ਤਾਲਾ ਇਹ ਸਾਡੇ ਵੀ ਕੰਮ ਆਏਗਾ ਔਰ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਵੀ ਕੰਮ ਆਏਗਾ ਜੀ ਨਾਜ਼ਰੀਨ ਪਾਣੀ ਬਚਾਏ ਆਪਣੇ ਲਈ ਇਹ ਕੰਮ ਕੇ ਲਈ ਔਰ ਜਾਤੀ ਜੱਤ ਮੈਂ ਇਹ ਹੀ ਕਹੂੰਗਾ ਕਿ ਅੱਲਾ ਨਿਜੇਬਾਨ ਤੇ ਜੀਵੇ ਜੀਵੇ ਪਾਕਿਸਤਾਨ